ਸਸਿਕਾ ਮੇਰੇ ਸਾਰੇ ਦੋਸਤੋ ਅੱਜ ਆਪਣਾ ਆ ਗਿਆ ਤੀਸਰਾ ਲੈਕਚਰ ਨੰਬਰ ਸੀਰੀਜ਼ ਦਾ ਤੇ ਮੈਂ ਚਾਹਣਾ ਕਿ ਆਪਾਂ ਆ ਅੱਜ ਆਪਣਾ ਆਖਰੀ ਲੈਕਚਰ ਹੀ ਹੋਵੇ ਇਹ 50 ਪ੍ਰੈਕਸ਼ਨ ਹੈਗੇ ਬਾਕੀ ਜਿਹੜੇ ਬਾਕੀ ਰਹਿ ਗਏ ਆਪਾਂ ਜਿਹੜਾ ਟੈਸਟ ਲਿਆ ਕਰਾਂਗੇ ਉਹ ਤੋਂ ਕਰਦਿਆ ਕਰਾਂਗੇ ਹੁਣ ਤੁਸੀਂ ਦੱਸੋ ਕਿ ਨੰਬਰ ਸੀਰੀਜ਼ ਦਾ ਪਤਾ ਕੀ ਚੱਕਰ ਹੈ ਨੰਬਰ ਸੀਰੀਜ਼ ਤੇ ਕਰਨੀ ਹੈ ਤੁਸੀਂ ਪ੍ਰੈਕਟਿਸ ਜਿੰਮੇ ਸਵਾਲ ਨੰਬਰ ਸੀਰੀਜ਼ 'ਚ ਇਹ ਦੇ ਰਿਲੇਟਡ ਸਵਾਲ ਮਿਲਣਗੇ ਤੁਹਾਨੂੰ ਉਥੇ ਉਥੇ ਜਾਣ ਤੇ ਡਿਪੈਂਡ ਕਰਦਾਗਾ ਠੀਕ ਹੈ ਕਿਹੜਾ ਤਰੀਕਾ ਆਊਗਾ ਕਿਹੜਾ ਤਰੀਕਾ ਨਹੀਂ ਆਊਗਾ ਪਰ ਸਾਰਾ ਜਿਹੜਾ ਉਹ ਹੋਊਗਾ ਸਿਸਟਮ ਉਹ ਐ ਹੀ ਹੋਊਗਾ ਸੁਭਾਲਾ ਜਿਵੇਂ ਆਪਾਂ ਹੁਣ ਕੱਢ ਰਹੇ ਹਾਂ ਠੀਕ ਹੈ ਇਹਦੇ ਤਿੰਨ ਲੈਕਚਰ ਹੋ ਗਏ ਤਿੰਨ ਲੈਕਚਰ ਮੈਂ ਕਹਣਾ ਬਹੁਤ ਆ ਕਿ ਹੁਣ ਆਪਾਂ ਅੱਗੇ ਵਧੀਏ ਕੱਲੋਂ ਆਪਾਂ ਦੂਸਰੀ ਇਕਾਈ ਸ਼ੁਰੂ ਕਰ ਲਈਏ ਐਨਲੋਗੀ ਠੀਕ ਹੈ ਜਿੱਤੇ ایਬੀਸੀ ਹੁੰਦਾਗਾ ਤੇ ایਬੀਸੀ ਵਗੈਰਾ ਉਹ ਕੱਢਨੇ ਹੁੰਦੇ ਆ ਰੈਂਕ ਜੇ ਕੱਲੋਂ ਆਪਾਂ ਉਹ ਕਰ ਲਈਏ ਠੀਕ ਹੈ ਜੀ ਤੇ ਅੱਜ ਆਪਾਂ ਹੁਣ ਅੱਜ ਦਾ ਲੈਕਚਰ ਆਖਰੀ ਹੈ ਇਹ ਤੇ ਇੱਥੇ ਨਿਮੇੜ ਦੰਨੇ ਆ ਜੇ ਹਜੇ ਵੀ ਕਿਸੇ ਬੱਚੇ ਨੂੰ ਕੋਈ ਡਾਊਟ ਲੱਗਦੀ ਹੈ ਇੱਕ ਲੈਕਚਰ ਹੋਰ ਲਾਉਣਾ ਤਾਂ ਦੱਸ ਦਿਓ ਨਹੀਂ ਆਪਾਂ ਅੱਗੇ ਚੱਲੀਏ ਬ ਫਿਰ ਆਪਾਂ ਟੈਸਟ ਰੱਖਿਆ ਕਰਾਂਗੇ ਤੇ ਟੈਸਟਾਂ ਦੇ ਵਿੱਚ ਬਾਕੀ ਆਪਾਂ ਕਵਰ ਕਰ ਦਾਂਗੇ ਤੁਹਾਨੂੰ ਅਸਾਈਨਮੈਂਟ ਅ ਅੱਜ ਸ਼ਾਮ ਨੂੰ ਮੈਂ ਤੁਹਾਨੂੰ ਦੇ ਦੂੰਗਾ ਨਹੀਂ ਕੱਲ ਨੂੰ ਦੇ ਦੂੰਗਾ ਕਿਉਂਕਿ ਇਹਦੇ ਵਿੱਚ ਨਾ ਹਜੇ ਮਤਲਬ ਆਨਸਰ ਪਾਉਣ ਵਾਲੇ ਰਹਿੰਦੇ ਆ ਉਹ ਮੈਂ ਕੱਲ ਨੂੰ ਡੈਟ ਕਰਕੇ ਪਾ ਕੇ ਤੁਹਾਨੂੰ ਸੈਂਡ ਕਰ ਦੂੰਗਾ ਤੇ ਮੈਥ ਦੀ ਭਾਈ ਤੁਹਾਡੇ ਕੋਲੇ ਪੀਡੀਐਫ ਮੈਂ ਪਾਤੀ ਠੀਕ ਹੈ ਪੀਡੀਐਫ ਉਹ ਮੈਥ ਦੀ ਦੇਖ ਲਿਓ ਤੇ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਸਵਾਲ ਦਿ ਮੈਨੂੰ ਲਿਖ ਕੇ ਭੇਜ ਦਿਓ ਤੇ ਕੱਲ ਨੂੰ ਆਪਾਂ ਲੈਕਚਰ ਸ਼ੁਰੂ ਹੋਣ ਤੋਂ ਪਹਿਲਾਂ ਉਹ ਵੀ ਡਿਸਕਸ ਕਰਨਾ ਹੈ ਤੇ ਕੱਲ ਨੂੰ ਲੈਕਚਰ ਮੈਥ ਦਾ ਥੋੜਾ ਲੰਮਾ ਹੋਊਗਾ ਤੇ ਜ ਸਵਾਲ ਆਪਣੇ ਕਰੇ ਹੋਏ ਆ ਕਿਥੋਂ ਠੀਕ 30 ਤੱਕ ਕਰੇ ਹੋਏ ਆ ਸਵਾਲ ਆਪਣੇ ਠੀਕ ਹੈ ਥੋੜਾ ਅਗੇ ਆਪਾਂ 31ਵੇਂ ਸਵਾਲ ਤੇ ਠੀਕ ਹੈ ਜੀ ਆਜੋ ਮੁੰਡਿਆ 31ਵੇਂ ਸਵਾਲ ਕੱਢੀਏ ਫਿਰ ਉਹਨੇ ਰੀਜਨਿੰਗ ਦਾ ਤੁਸੀਂ ਨਾ ਸ਼ੌਕ ਨਾ ਕੱਢਿਆ ਕਰੋ ਆਜੋ ਹੁਣ ਆਪਣੇ ਕੋਲੇ ਦਿੱਤਾ ਉਹਨਾਂ ਨੇ ਇੱਕ ਇੱਕ 1 2 6 24 ਕਹਿੰਦੇ ਜੀ ਸੀਰੀਜ਼ ਬਣਾਓ ਜੀ ਮੈਂ ਤੁਹਾਨੂੰ ਕੱਲ ਕਿਹਾ ਸੀ ਅੱਧੇ ਬੱਚੇ ਕਹਿ ਰਹੇ ਆ ਸਰ ਇਹਦਾ ਆਨਸਰ ਇਹ ਆਊਗਾ ਇਹਦਾ ਆਨਸਰ ਇਹ ਆਊਗਾ ਦੇਖੋ ਜੀ ਜਿਹੜਾ ਆਨਸਰ ਮੈਂ ਤੁਹਾਨੂੰ ਲਗਾਉਣਾ ਹੁੰਦਾ ਠੀਕ ਹੈ ਆਨਸਰ ਕਿਤੇ ਵਿੱਚ ਵੀ ਸੇਮ ਟੂ ਸੇਮ ਉਹੀ ਆਨਸਰ ਹੁੰਦਾ ਜੇ ਤੁਹਾਡਾ ਹੋਰ ਤਰੀਕੇ ਨਾਲ ਜੇਵਾ ਸੇਮ ਟੂ ਸੇਮ ਜਾਂ ਹੋਰ ਕੋਈ ਮਾੜਾ ਮੋਟਾ ਆਨਸਰ ਆ ਰਿਹਾ ਤੁਹਾਡਾ ਵੀ ਸਹੀ ਹੋ ਸਕਦਾਗਾ ਠੀਕ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਲ ਕਹੀ ਹੈ ਕਿ ਹਰੇਕ ਬੰਦੇ ਦਾ ਨਜ਼ਰੀਆ ਹੁੰਦਾ ਅਲੱਗ-ਅਲੱਗ ਦਿਮਾਗ ਕੰਮ ਕਰਦਾ ਕਿਸੇ ਦਾ ਕਿਸੇ ਤਰੀਕੇ ਨਾਲ ਕੰਮ ਕਰਦਾ ਕਿਸੇ ਦਾ ਕਿਸੇ ਤਰੀਕੇ ਨਾਲ ਰੀਜਨਿੰਗ ਦੇ ਵਿੱਚ ਕਈ ਵਾਰੀ ਇਹ ਹੁੰਦਾਗਾ ਜਿਵੇਂ ਆਨਸਰ ਤਾਂ ਹੋਵੇ ਮੰਨ ਲਓ 58 ਆਉਂਦਾ ਹੋਵੇ ਆਨਸਰ ਤਾਂ ਤੇ ਤੁਹਾਡੇ ਤਰੀਕੇ ਨਾਲ ਜੇਵਾ ਸਹੀ ਤਰੀਕਾ ਲਾ ਕੇ ਇਸ ਲਈ ਆਨਸਰ 84 ਆਉਂਦਾ ਹੋਵੇ ਤੇ ਉਹ ਵੀ ਆਪਸ਼ਨ ਚ ਪਿਆ ਹੋਵੇ ਤਾਂ ਦੋਨੇ ਚੀਜ਼ਾਂ ਨੂੰ ਜਾਇਜ਼ ਮੰਨਿਆ ਜਾਊਗਾ ਜਿਹਾ ਨੂੰ ਜਿਵੇਂ ਦੱਸਿਆ ਮੈਂ ਪਹਿਲਾਂ ਠੀਕ ਹੈ ਪਰ ਇਹ ਨਹੀਂ ਹੈਗਾ ਕਿ ਤੁਸੀਂ ਗੱਪ ਜੋੜ ਜੋੜ ਕੱਢੇ ਜਾਓਗੇ ਥਾਰੀ ਮਰਜ਼ੀ ਨਾਲ ਹੀ ਗੁਣਾ ਕਰ ਤੇ ਆਰੀ ਮਰਜ਼ੀ ਘਟਾਓ ਕਰਦੇ ਹੋਰੀ ਇੱਕ ਕਿਸੇ ਲੜੀ ਬਣਨੀ ਚਾਹੀਦੀ ਹੈ ਠੀਕ ਹੈ ਤੇ ਆਹ ਦੇਖੋ ਜੀ ਹੁਣ ਆਪਾਂ ਇਹ ਤੇ ਗੱਲ ਕਰੀਏ ਲੜੀ ਬਣਾਈ ਗਈ ਦੀ ਆਪਾਂ ਜੇ ਤਾਂ ਬਿਫਰੈਂਸ ਤਾਂ 0 ਆ ਰਿਹਾ ਹੈ ਇੱਥੇ 1 ਆ ਰਿਹਾ ਹੈ ਇੱਥੇ 4 0 1 4 ਤੇ 18 ਇਹ ਕੋਈ ਲੜੀ ਨਹੀਂ ਬਣ ਰਹੀ ਠੀਕ ਹੈ ਇਹਦੇ ਨਾਲ ਇਹ ਸਕੁਅਰ ਬਣ ਰਿਹਾ ਹੈ ਜੇ ਆਪਾਂ 1 ਕਿ ਕਿਦੋਂ ਆਊਗਾ 1 ਜਦੋਂ ਆਪਾਂ 1 ਨਾਲ ਗੁਣਾ ਕਰਾਂਗੇ 1 ਆਊਗਾ ਜਦੋਂ 1 ਦੀ 2 ਨਾਲ ਗੁਣਾ ਕਰਾਂਗੇ 2 ਆਊਗਾ ਜਦੋਂ 2 ਦੀ 3 ਹਾਂ ਬਸ ਬਣ ਗਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਹੀਂ ਲੜੀ ਬਣ ਗਈ ਕਿਉਂਕਿ ਜਦੋਂ ਕਰੇ 1 ਨਾਲ ਗੁਣਾ ਕਰਾਂਗੇ 1 ਆਜੂ 1 ਦੀ 2 ਨਾਲ ਕਰਾਂਗੇ 2 ਆਜੂ 2 ਦੀ 3 ਨਾਲ ਕਰਾਂਗੇ 6 ਆਜੂ ਤੇ 6 ਦੀ ਆਪਾਂ 4 ਨਾਲ ਕਰਾਂਗੇ 6 ਚੋਂ 4 24 ਠੀਕ ਹੈ ਜੀ 1 2 3 4 ਤੇ 24 ਦੀ ਕਿੰਨਾ ਕਰਾਂਗੇ ਹੁਣ ਆਪਾਂ 24 ਦੇ ਕਰਾਂਗੇ 5 ਨਾਲ 5 ਨਾਲ ਕਰਕੇ ਕਿੰਨਾ ਹੋਣਾ ਜੇ 5 ਚੋਂ 4 20 10 11 12 120 ਜੀ ਆਪਣਾ ਆਨਸਰ ਹੈਗਾ 120 ਵਿੱਚ ਬਚੇਗਾ ਨਾ ਸਾਰਾ ਆਨਸਰ ਕੀ ਪਾ ਦੋ ਬੱਚਿਓ ਜਰੂਰ ਮੈਂ ਲਿਖ ਦਾਂ ਨਾ ਉਹਨਾਂ ਨੇ ਆਨਸਰ ਕੀ ਹੋ ਜਾਂਦੀ ਇੱਕ ਤਰ੍ਹਾਂ ਦੀ ਠੀਕ ਹੈ ਪੀਡੀਐਫ ਵਾਲੀ ਝਾਕ ਨਾ ਰੱਖਿਆ ਕਰੋ ਪੀਡੀਐਫ ਤੁਹਾਨੂੰ ਮਿਲ ਜਾ ਕਰੂਗਾ ਪਰ ਇੱਕ ਵਾਰ ਨਾ ਵੀਡੀਓ ਰੋਕ ਰੋਕੇ ਪਹਿਲਾਂ ਆਪ ਸਵਾਲ ਕੱਢਿਆ ਕਰੋ ਫਿਰ ਮੇਰੇ ਜਿਵੇਂ ਮੈਂ ਕੱਢਿਆ ਫਿਰ ਉਹ ਮੈਂ ਦੇਖਿਆ ਕਰੋ ਠੀਕ ਹੈ ਜੀ ਹੁਣ ਆ ਗਏ ਆਪਾਂ 32ਵੇਂ ਸਵਾਲ ਤੇ ਹੁਣ 32ਵੇਂ ਸਵਾਲ ਦੇ ਵਿੱਚ 5 ਦੇ ਤਾਂ ਲੜੀ ਦੇ ਵਿੱਚ 41 ਦੇ ਤਾਂ 149 ਦੇ ਤਾਂ ਤੇ ਆਪਾਂ ਨੂੰ ਦਿੱਤਾ 1329 ਹੁਣ ਆਪਾਂ ਦੇਖਣਾ ਹੈ ਕਿਵੇਂ ਜਾਣਗੇ ਅੱਗੇ ਠੀਕ ਹੈ ਜੀ ਅੱਗੇ ਕਿਵੇਂ ਵੇਚ ਕੇ ਇਹਨਾਂ ਨੂੰ ਜੇ ਹੁਣ ਆਪਾਂ ਇਹਦਾ ਸਕੁਅਰ ਚੱਕਦੇ ਆਂ ਡਿਫਰੈਂਸ ਦੇਖੀਏ ਪਹਿਲਾਂ 43 ਦਾ 5 ਦਾ ਡਿਫਰੈਂਸ ਕੱਢਿਆ ਕਿੰਨਾ ਆ ਗਿਆ 36 149 ਚੋਂ 43 ਕੱਢੇ 108 363108 ਠੀਕ ਹੈ 363108 ਤੇ ਨਾ ਇਹ ਤਾਂ ਕਿਸੇ ਪਹੜੇ ਚ ਆਉਂਦੇ ਨਹੀਂ ਜੇ ਆਪਾਂ 108 ਦੇ ਵਿੱਚ ਨਾ ਗੁਣਾ ਕਰਕੇ ਦੇਖੀਏ ਚਲ 2929 ਦੇ ਵਿੱਚ ਜੇ ਆਪਾਂ 155 ਘਟਾਈਏ 0 8 7 ਦੇ ਤਰ੍ਹਾਂ ਕੀ 2180 180 ਤਾਂ ਵੀ ਲੜੀ ਨਹੀਂ ਬਣ ਰਹੀ ਇਹ ਕੋਈ ਲੜੀ ਬਣ ਨਹੀਂ ਰਹੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇਹਦੇ ਫਾਰਮੂਲਾ ਲਾ ਕੇ ਦੇਖੀਏ ਬੱਚਿਓ ਕਯੂ ਵਾਲਾ ਠੀਕ ਹੈ ਇਹ ਜੇ ਆਪਾਂ ਫਾਰਮੂਲਾ ਲਾ ਕੇ ਉਹ ਇਹ ਲਾ ਕੇ ਲਾ ਕੇ ਫਾਰਮੂਲੇ ਲਾ ਕੇ ਕੱਢਣੇ ਪੈਂਦੇ ਨੇ ਇਹ ਸਵਾਲ ਹੈ ਠੀਕ ਹੈ ਹੁਣ ਮੈਂ ਹੌਲੀ ਹੌਲੀ ਕਿਉਂ ਕਰਦਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਆਪਾਂ ਕਿਵੇਂ ਡਿਸਕਸ ਕਰ ਰਹੇ ਕੱਢਣ ਨੂੰ ਕੀ ਹੈ ਮੈਂ ਤਾਂ ਹੁਣ ਪਹਿਲਾਂ ਪ੍ਰੈਕਟਿਸ ਲਾ ਕੇ ਰੱਖ ਲਿਆ ਕਰੋ ਉਧਰ ਘੰਟਾ ਤੇ ਬਸ ਆਹ ਵਾਂਗ ਸਾਰਾ ਟੇਲਾ ਆਲਾ ਪੜਾਉਂ ਮੈਂ ਤੁਹਾਡੇ ਨਾਲ ਹੀ ਸਵਾਲ ਕੱਢਣਾ ਚਾਹਣਾ ਠੀਕ ਹੈ ਜੇ ਆਪਾਂ ਇਹਨੂੰ 0 5 ਕਰੀਏ ਤਾਂ 5 ਆਉਂਦਾ ਇਹਨੂੰ ਜੇ ਆਪਾਂ 3² ਬੰਦਾ ਇਹ ਇਹ ਵੰਦਾ 6 ਕਿਹਦੇ ਨੇੜੇ ਆ ਗਿਆ ਹਨ ਇਹ ਇਹ 0 ਦੇ ਨੇੜੇ ਆ ਕੇ 6 6 ਕਮ 6 ਕਮ 36 36ਆਂ ਦੇ ਵਿੱਚ 5 ਜੋੜੇ 41 ਇਹ ਬਣ ਗਈ ਲੜੀ ਹੈ ਇਸ ਤੋਂ ਬਾਅਦ ਆ ਕਿਹਦੇ ਨੇੜੇ ਆ ਰਿਹਾ ਹੈ ਇਹ ਆ ਰਿਹਾ ਹੈ 0 ਤੇ 6 ਆ ਗਿਆ ਤੇ 6 ਆ ਗਿਆ ਤੇ 12 ਲੱਗੇ 12 ਵਾਰਾ 146 146 ਦੇ ਵਿੱਚ 5 ਜੋੜੇ ਬਸ ਠੀਕ ਹੈ ਬੱਚਿਓ ਬਣ ਗਈ ਲੜੀ ਇਹ ਵੀ ਠੀਕ ਹੈ ਇੱਥੇ 0 ਸੀ ਇੱਥੇ 6 ਹੋ ਗਿਆ ਇੱਥੇ 12 ਹੋ ਗਿਆ ਇੱਥੇ ਕਿੰਨਾ ਹੋ ਜੂ 18 18 ਦਾ ਜੀ ਸਕੁਅਰ ਕਰਨਾ 18 18 ਦਾ ਗੁਣਾ ਕਰ ਲਈ 8 8 64 8 ਦੇ ਵਿੱਚ 6 ਜੋੜੇ 14 8 ਤੇ 1 4 12 324 324 ਆ ਗਿਆ 324 ਦੇ ਵਿੱਚ ਆ 5 5 ਸਾਰੇ ਚ ਜੁੜੀ ਜਾਂਦਾ ਤੇ ਇਹ ਬਣ ਗਿਆ 300 29 ਠੀਕ ਹੈ ਜੀ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਬੱਚਿਓ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਇੱਥੋਂ ਟਿੱਕਰ ਓਕੇ ਜੀ ਸਾਰਾ ਕੋ ਸਹੀ ਹੈ ਤੇ ਇਹ ਆ ਗਿਆ ਆਪਣਾ ਅਨਸਰ ਦੇਖੋ ਇੱਥੇ 0 ਸਕੁਅਰ ਕੀਤਾ 5 ਆ ਗਿਆ ਸੀ 5 5 ਸਾਰੇ ਚ ਜੁੜੀ ਜਾਂਦੇ ਆ ਤੇ ਇੱਥੇ 0 6 12 18 6 ਦਾ ਚੱਲ ਪਿਆ ਸੀ ਠੀਕ ਹੈ ਜੀ ਬਾਕੀ ਤੁਸੀਂ ਆਪ ਵੀ ਕੱਢ ਕੇ ਦੇਖੋ ਇੱਕ ਵਾਰੀ ਹੁਣ ਆ ਗਏ ਆਪਣੇ ਕੋਲੇ ਅਗਲਾ ਠੀਕ ਹੈ ਜੀ ਅ ਕਿੰਨਾ ਡਿਫਰੈਂਸ ਰਹੇਗਾ 4 ਦਾ ਕਿੰਨਾ ਡਿਫਰੈਂਸ ਰਹੇਗਾ 2 ਬਦ 14 ਦਾ ਕਿੰਨਾ ਡਿਫਰੈਂਸ ਰਹੇਗਾ 30 ਦਾ ਇਹ ਤਾਂ ਕੋਈ ਲੜੀ ਬਣ ਨਹੀਂ ਰਹੀ ਇੱਕ ਆਪਾਂ 4 ਦਾ ਫਿਰ 14 ਦਾ ਫਿਰ 28 ਦਾ ਉਹਦਾ ਇਹ ਆਪਾਂ ਚੋਟੇ ਚੋਟੇ ਥੋੜਾ ਇਹ ਡਿਫਰੈਂਸ ਕਿਵੇਂ ਬਣਾਈ ਗਿਆ ਬੱਚਿਓ ਇਹਦਾ ਹੁਣ ਆਪਾਂ ਤੁਸੀਂ ਵੀ ਲਾਓ ਦਿਮਾਗ ਮਾੜਾ ਮੋਟਾ 0 4 ਵਾਲਾ ਸਵਾਲ ਆ ਇਹ ਇੱਕ ਮੈਂ ਤੇ ਜੀ ਆਪਾਂ ਇਥੋਂ ਇਹਨਾਂ ਨੂੰ ਆਏ ਕਰੀਏ ਜਿਵੇਂ ਪਹਿਲਾ ਵਾਲਾ ਸਵਾਲ ਕਰਕੇ ਗਏ ਆ ਆਪਾਂ 0 10 ਸਕੁਅਰ ਕਰਕੇ ਠੀਕ ਹੈ ਜੀਰੋ ਦਾ ਸਕੁਅਰ ਤਾਂ ਹੋ ਹੀ ਨਹੀਂ ਸਕਦਾ 1 1 ਦਾ ਸਕੁਅਰ ਕਰ ਲੀਏ ਆਪਾਂ 1 ਦਾ ਸਕੁਅਰ ਕਰਕੇ ਨਾਲ ਆਪਾਂ ਜੀਰੋ ਦਾ ਸਕੁਅਰ ਕਰਤੀ ਕਿੰਨਾ ਆਜੂਗਾ ਆਨਸਰ ਜੀਰੋ ਆਜੂਗਾ ਇੱਥੇ ਆਪਾਂ ਕੀ ਕਰੀਏ ਇੱਥੇ ਆਪਾਂ ਕਰੀਏ 2 ਦਾ ਸਕੁਅਰ ਦੇਖੋ ਆਪਾਂ ਇੱਥੇ ਕਰਦੇ ਹਾਂ ਕਿਹਾ ਨਾ ਦੇਖੋ ਬੱਚਿਓ ਹੁਣ ਪਹਿਲਾਂ ਆਪਾਂ 1 ਦਾ ਸਕੁਅਰ ਕਰ ਲਓ 1 ਦੇ ਸਕੁਅਰ ਦੀ 0 ਬੀ 0 ਗੁਣਾ ਕੀਤੀ ਕਿੰਨਾ ਆ ਜੂਗਾ 0 ਫਿਰ ਆਪਾਂ ਕਰ ਲਗੇ ਇੱਥੇ 2 ਦਾ ਸਕੁਅਰ ਠੀਕ ਹੈ 2 ਦਾ ਸਕੁਅਰ 2 ਨਾਲ ਕੀਤਾ ਕਿੰਨਾ ਆ ਗਿਆ 4 4 ਦੇ ਵਿੱਚ ਇੱਥੇ 0 ਸੀ ਇੱਥੇ ਆਪਾਂ 1 ਜੋੜ ਦਿਆ ਨੇ ਕਿੰਨਾ ਆ ਜੂਗਾ 4 ਲਓ ਮਿੱਤਰ ਸਰੀਜ ਬਣ ਲੱਗ ਗਈ ਠੀਕ ਹੈ ਇਸ ਦੂਬਾਰ ਇੱਥੇ 1 ਆ ਸੀ ਇੱਥੇ 2 ਆ ਸੀ ਤੇ 3 ਉੱਤੀਓ 9 3 ਉੱਤੀਓ 9 ਆ ਗਏ 9 ਦੇ ਵਿੱਚ ਜੇ ਆਪਾਂ 2 ਜੋੜ ਦਿਆ ਗੱਲ ਬੰਦ ਨਹੀਂ ਤੇ ਮਤਲਬ ਇੱਥੇ ਗੁਣਾ ਹੋਣੀ ਚਾਹੀਦੀ ਸੀ ਇੱਥੇ ਗੁਣਾ ਦਾ ਨਿਸ਼ਾਨ ਨਹੀਂ ਆਉਗੀ ਤੇ 9 ਦੁਣੀ 18 ਤੇ ਉਵੇਂ ਜਿਵੇਂ 1 13^2 a ਹੋਗਾ ਇਹ ਜੀ 13^2 a ਹੋਗਾ ਚੌਕਾ ਚੌਕੀ 16 ਠੀਕ ਹੈ ਜੀ ਚੌਕਾ ਚੌਕੀ 16 ਤੇ 16 3 48 ਤੇ ਉਵੇਂ ਜਿਵੇਂ ਇਹ ਕੀ ਹੋਊਗਾ 5 5 25 ਠੀਕ ਹੈ ਜੀ ਇਸ ਤੋਂ ਬਾਅਦ ਕੀ ਆਊਗਾ 5 5 25 25 ਚੌਕਾ 100 ਇਸ ਤੋਂ ਬਾਅਦ ਆਊਗਾ 6 6 36 6 4 ਨਾ ਗੁਣਾ ਕਰ ਦਿਓ ਕਿੰਨਾ ਆਜੂਗਾ 36 4 ਨਾ ਗੁਣਾ ਕੀਤੀ 6 ਚੌਕਾ 6 ਕਿੰਮ 6 36 6 ਕਿੰਮ 6 5 ਨਾ ਗੁਣਾ ਕਰਦੇ ਆ ਚਾਰ ਨਾ ਤਾਂ ਇੱਥੇ ਕਰ ਗਏ ਨੇ 5 ਨਾ ਗੁਣਾ ਕਰਨੀ ਹੈ ਦੀ ਆਪਾਂ ਤੇ 6 ਕਿੰਮ 6 36 ਤੇ 36 ਦੇ 5 ਨਾ ਗੁਣਾ ਕਰਾਂਗੇ 6 5 30 15 17 18 180 ਦਾ ਅਨਸਰ ਆ ਗਿਆ ਬੱਚਿਓ ਠੀਕ ਹੈ ਇੱਕ ਵਾਰੀ ਦੁਬਾਰੇ ਸਮਝ ਲਓ ਇਸ ਸਵਾਲ ਮੈਨੂੰ ਪਤਾ ਕੱਚ ਘਟੋੜਾ ਜਾ ਪੈਗਾ ਧਿਆਨ ਨਾਲ ਦੇਖੋ 041848100 ਠੀਕ ਹੈ ਜਦੋਂ ਮੈਂ ਇੱਥੇ ਸਕੁਅਰ ਕਰਕੇ ਦੇਖਿਆ ਮੈਂ ਜਦੋਂ ਇੱਕ ਦਾ ਸਕੁਅਰ ਕੀਤਾ ਤੇ ਗੁਣਾ 0 ਨਾਲ ਕੀਤੀ ਮੇਰੇ ਕੋਲ ਕਿੰਨਾ ਆਨਸਰ ਆ ਗਿਆ 0 ਇਸ ਤੋਂ ਬਾਅਦ ਮੈਂ ਇੱਥੇ ਦਿਮਾਗ ਲਾਇਆ ਮੈਂ ਕਿਹਾ ਜੇ ਇੱਥੇ ਇੱਕ ਦਾ 0 ਬੰਦੇ ਇੱਥੇ 2 ਦਾ ਸਕੁਅਰ ਕਰਕੇ ਦੇਖਿਆ ਜੋ 2 ਦਾ 2 ਦਾ ਸਕੁਅਰ ਕੀਤਾ ਮੈਂ ਇੱਕ ਨਾਲ ਗੁਣਾ ਕੀਤੀ 4 ਆ ਗਿਆ ਫਿਰ ਮੈਂ ਕਿਹਾ 3 3 9 9 ਦੁਣੀ 18 ਆ ਸੀਰੀਜ਼ ਬਣ ਲੱਗ ਗਈ ਨਾ ਇਸ ਤੋਂ ਬਾਅਦ ਮੈਂ ਇੱਥੇ ਚੌਕ ਚੌਕੀ 16 ਕੀਤਾ 16 ਇੱਤਨਾਂ ਨਾਲ ਕੀਤੀ ਕਿੰਨਾ ਆ ਗਿਆ ਮੇਰੇ ਕੋਲ 48 ਦੁਬਾਰ ਮੈਂ 5 5 25 ਕੀਤਾ 25 ਦੀ 4 ਨਾਲ ਕੀਤੀ 100 ਆ ਗਿਆ ਇਸ ਤੋਂ ਬਾਅਦ ਆ ਸੀਰੀ ਚੱਲ ਪਈ ਦੂਆ ਤੀਆ ਚੌਕਾ ਹੁਣ ਚੱਲ ਪਈ 6 ਗੁਣਾ ਸਕੁਅਰ ਗੁਣਾ 5 5 ਦਾ ਕਿੰਨਾ ਆ ਗਿਆ 180 ਆ ਗਿਆ ਜੀ ਆਪਣਾ ਆਨਸਰ ਠੀਕ ਹੈ ਹੁਣ ਆ ਗਿਆ ਆਪਾਂ 34ਵੇਂ ਤੇ 34ਵੇਂਸ ਵਾਲਾ ਕੱਢਣਾ ਹੁਣ ਆਪਾਂ 62 87 187 412 812 ਕਹਿੰਦਾ ਮਤਲਬ ਚੀਜ਼ ਵੱਧਦੀ ਜਾ ਰਹੀ ਹੈ ਇਹ ਬਾਦ ਦੇ ਬਾਦਰੀ ਬਾਦਦੀ ਜਾ ਰਹੀ ਹੈ ਚੀਜ਼ ਹੁਣ ਆਪਾਂ ਕੀ ਕਰੀਏ ਹੁਣ ਆਪਾਂ ਇਹਦਾ ਪਤਾ ਕਰੀਏ ਵਿਚਾਲੇ ਇਹਦੇ ਜੋੜ ਘਟਾਓ ਦਾ ਕੀ ਹਿਸਾਬ-ਕਿਤਾਬ ਵਿਚਾਲੇ ਇਹਦੇ ਪਹਿਲਾਂ ਆਪਾਂ 76 ਦੇ ਵਿੱਚੋਂ 62 ਘਟਾ ਕੇ ਦੇਖੀਏ ਤਾਂ 5 2 ਇੱਥੇ ਆ ਗਿਆ 25 ਇੱਥੇ 100 ਆਜੂਗਾ ਜੇ ਅਸੀਂ ਦੱਕ ਘਟਾਵਾਂਗੇ 412 ਇਹ ਹਾਂ 412 ਦੇ ਵਿੱਚੋਂ 187 ਘਟਾਏ 5 ਇੱਧਰ ਇੱਕ ਜ਼ੀਰੋ 1 200 15 ਮੈਨੂੰ ਤੁਹਾਨੂੰ ਮਾਫੀ ਕਰੀਏ ਥੋੜਾ ਜਿਹਾ ਚਾ 412 ਦੇ ਵਿੱਚੋਂ ਨਾ ਆਪਾਂ ਘਟਾਉਣਾ 187 ਜਿਹੜਾ ਇਧਰ ਹਸ ਲਵਾ ਕੇ ਇਧਰ ਭਾਗੇ 12 ਸਤਾਜ ਕਿਤੇ 5 ਠੀਕ ਹੈ ਇਧਰ ਹਸ ਲਿੱਧਰ ਭਾਗ ਗਿਆ ਇਧਰ ਰਹਿ ਗਿਆ 10 ਇਹਦੇ 2 ਤੇ ਇਧਰ ਆਪਾਂ ਹਸ ਲਵਾ ਕੇ ਤਿੰਨਾਂ ਦੇ ਵਿੱਚੋਂ ਕਿਹੜਾ 225 ਠੀਕ ਹੈ ਇਹ ਆ ਗਿਆ ਜੀ ਵਿਚਾਲੇ 225 ਓਕੇ ਜੀ ਇਸ ਤੋਂ ਬਾਅਦ 0812 ਦੇ ਵਿੱਚੋਂ ਆਪਾਂ 412 ਘਟਾਵਾਂਗੇ ਇਹ ਆ ਗਿਆ 00400 ਤੇ ਇੱਥੇ ਆ ਗਿਆ 400 ਹੁਣ ਇਸ ਤੋਂ ਬਾਅਦ ਆਪਾਂ ਕਿੰਨਾ ਘਟਾਈਏ ਦੇਖੋ ਇਹ ਕੀ ਬਣ ਰਿਹਾ ਇੱਥੋਂ ਮੈਂ ਅੰਦਾਜ਼ਾ ਇੱਕ ਜੀ ਤਾਂ ਮੈਨੂੰ ਕਨਫਰਮ ਹੋ ਗਈ ਸਕੇਅਰ ਆ ਸਾਰੇ ਧਿਆਨ ਨਹੀਂ ਦਿੱਤਾ ਤੁਸੀਂ ਸਕੇਅਰ ਬਣੀ ਜਾਂਦੇ ਆ ਆ आधा ਬਣੀ ਜਾਂਦਾ 5 ਦਾ ਸਕੇਅਰ ਆ ਬਣੀ ਜਾਂਦਾ 10 ਦਾ ਸਕੇਅਰ ਆ ਬਣ ਜਾਂਦਾ 15 ਦਾ ਸਕੁਅਰ ਆ ਬਣ ਜਾਂਦਾ 20 ਦਾ ਸਕੁਅਰ ਹੁਣ ਇੱਥੇ ਕਿੰਨਾ ਦਾ ਸਕੁਅਰ ਬਣੂਗਾ 5 10 15 20 ਇੱਥੇ ਬਣੂਗਾ 25 ਦਾ ਸਕੁਅਰ 5 25 ਕਿੰਨਾ ਹੁੰਦਾ 625 5 25 ਕਿੰਨਾ ਹੁੰਦਾ 625 ਹੁਣ 625 ਦੇ ਵਿੱਚ ਜੋੜ ਕੇ ਦੇਖੀਏ ਆਪਾਂ 812 ਦੇ ਵਿੱਚ ਜੇ ਆਪਾਂ 625 ਜੋੜੇ 7 3 14 25 7 3 1400 37 ਇੱਕ ਕਮੇਟਰ ਇਹ ਕਾਲੀ ਚੋਲ ਚਨ ਪਏ ਗਏ 25 ਹੋ ਰਿਹਾ ਤੇ 100 ਵੱਧ ਰਹੇ ਹੈ ਦੇ ਵਿੱਚ ਇਹ ਚ 225 ਦਾ ਸਕਰ ਹੋ ਰਿਹਾ ਹੈ 25 25 625 ਹੁੰਦੇ ਹੈ 800 ਇਹ ਪਰ 812 ਦੇ ਵਿੱਚ 625 ਜੋੜੀਏ 7 3 38 1437 ਠੀਕ ਹੈ 1437 ਅਨਸਰ ਆ ਰਿਹਾ ਹੈ ਠੀਕ ਹੈ ਜੀ 1437 ਅਨਸਰ ਆ ਰਿਹਾ ਹੈ ਇਹਦੇ ਵਿੱਚ ਨਾ ਜਿਹੜੀ ਮੈਂ ਜਿਹੜਾ ਆਪਰੇਸ਼ਨ ਕਰਦੇ ਉੱਥੇ ਕਿ ਈ ਆਪਸ਼ਨ ਸੀ ਠੀਕ ਹੈ ਈ ਆਪਸ਼ਨ ਮੈਂ ਤਾਰਨੀਪੁਰ ਲਗਾਇਆ ਤੇ ਇਹਦਾ ਅਨਸਰ 1437 ਬਿਲਕੁਲ ਰਾਈਟ ਆਨਸਰ ਹੈ ਇਹਦਾ ਬੱਚਿਓ ਆਪ অপਸ਼ਨਾਂ ਦੇ ਵਿੱਚੋਂ ਅਨਸਰ ਹੈ ਨਹੀਂ ਇੱਕ ਈ ਆਪਸ਼ਨ ਸੀ ਨਾਲੋਂ ਮੈਂ ਤਾਰਨੀਪੁਰ ਲਗਾਇਆ ਤਾਂ 1437 ਦਾ 101% ਅਨਸਰ ਆਗਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਆਪਾਂ 36ਵੇਂ ਤੇ 36ਵੇਂ ਕਿਵੇਂ ਹੱਲ ਕਰੀਏ ਪਹਿਲਾ 1 ਆ ਗਿਆ ਜੀ ਫਿਰ 5 ਆ ਗਿਆ ਫਿਰ 14 ਆ ਗਿਆ ਫਿਰ 30 ਆ ਗਿਆ ਜੇ ਲਾਸਟ ਲੈਕਚਰ ਹੈ ਤੇ ਤੁਹਾਨੂੰ ਅਪਾ ਨਵਾਂ ਲੈਕਚਰ ਲਾਵਾਂਗੇ ਬੋਰ ਹੋ ਜਾਂਦੇ ਆ ਜੇ ਬਹੁਤ ਟਾਈਮ ਹੋ ਗਿਆ ਕਿਤੇ 4 ਦਾ ਫਰਕ ਪੈ ਗਿਆ 9 ਦਾ ਫਰਕ ਪੈ ਗਿਆ ਤੇ 16 ਦਾ ਫਰਕ ਪੈ ਗਿਆ ਸਕੁਅਰ ਨਹੀਂ ਬਣ ਗਿਆ ਇਹ ਦੂਏ ਦਾ ਸਕੁਅਰ ਤੀਜੇ ਦਾ ਸਕੁਅਰ ਚੌਥੇ ਦਾ ਸਕੁਅਰ ਇੱਥੇ 5 ਦਾ ਸਕੁਅਰ ਹੋਣਾ ਚਾਹੀਦਾ ਇਹ ਜੇ 25 ਜੋੜੇ ਕਿੰਨਾ ਬਣ ਗਿਆ 55 55 ਅਨਸਰ ਆਊਗਾ ਜੀ 40² ਬਣੀ ਜਾਂਦਾ ਸੀ ਇਹਦਾ ਠੀਕ ਹੈ ਹੁਣ ਆਪਾਂ ਆਜੋ ਅਗਲੇ ਤੇ ਸੈਂਟੀਮੀਟਰ ਠੀਕ ਹੈ 285 253 221 199 ਘੜ ਦੇ ਕਰਮ ਵਿੱਚ ਜਾ ਰਿਹਾ ਠੀਕ ਹੈ ਇੱਕ ਮਿੰਟ 253 ਸਹੀ ਨਹੀਂ ਲਿਖਿਆ ਗਿਆ ਠੀਕ ਹੈ ये कर क्लीयर होगी सारी गल हम आप डिफरेंस देख ली दो सौ पचासी दो के आप दो सौ पंद्रह कटा के देखिए कि दो पां छः सत्त अठ त कहना मतलब कि किन्ने का फर्क पैदा गा बत्ती घट रहा है मैनसलाले को जो घट दी होंगी चीज़ इस तो बाद दो सौ तरवंजा तो हो रहा है दो सौ इक्की इतें भी कि कट रहा है बत्ती ठीक है जी दो सौ इक्की तो कि हो रहा है एक सौ ਇੱਥੇ ਕਿੰਨਾ ਫਰਕ ਪੈ ਰਿਹਾ ਹੈ ਮਾਈਨਸ 32 ਤਾਂ 199 ਦੇ ਵਿੱਚੋਂ ਵੀ ਕੀ ਕਰਨਾ ਆਪਾਂ ਹੁਣ 32 ਘਟਾ ਦੇਣੇ ਆ 7 8 7 6 5 157 ਜਿਹੜਾ ਅਨਸਰ ਆਜੂਗਾ ਕਿਉਂਕਿ ਉਹ ਬਣ ਗਈ ਲੜੀ ਬਣ ਗਈ 32 32 ਦੀ ਠੀਕ ਹੈ ਜੀ ਕੱਟ ਲਓ ਕਿ ਸਵਾਲ ਹੁਣ ਆਜੋ ਅੱਗੇ ਆਪਾਂ ਗੱਲਾਂ ਪੈਂਡ ਤੇ ਕਰਾਂਗੇ ਤੇ ਆ ਹੁਣ ਆ ਗਿਆ ਆਪਣੇ ਕੋਲ ਅਗਲਾ ਸਵਾਲ 10 33 102 309 ਓਕੇ ਜੀ ਤੇ ਹੁਣ ਆਪਾਂ ਪਹਿਲਾਂ ਕੋਈ ਫੇਰ ਡਿਫਰੈਂਸ ਕੱਢ ਕੇ ਦੇਖੀਏ ਤੇ ਮੇਰੇ ਦਿਮਾਗ 'ਚ ਹੋਰ ਗੱਲ ਆ ਰਹੀ ਹੈ ਕੀ ਗੱਲ ਆ ਰਹੀ ਹੈ ਮੇਰੇ ਦਿਮਾਗ 'ਚ ਜੇ ਮੈਂ 10 ਦੇ 3 ਨਾਲ ਗੁਣਾ ਕਰਾਂ ਤਾਂ 33 3 ਹੋ ਜਾਊਗਾ ਜੇ ਮੈਂ 33 ਦੇ 3 ਨਾਲ ਗੁਣਾ ਕਰਾਂ 99 ਹੋ ਜਾਊਗਾ 99 ਦੇ ਵਿੱਚ 3 ਜੋੜਾਂ 102 ਪੰਜ ਹੋ ਜੂ ਜੇ ਮੈਂ 102 ਦੇ 3 ਨਾਲ ਗੁਣਾ ਕਰਾਂ 106 ਦੇ ਵਿੱਚ 3 ਬਸ ਠੀਕ ਹੈ ਇਹ ਰਵਤ ਕੀ ਬਣ ਰਿਹਾ ਦੇਖੋ 10 ਦੇ 3 ਨਾਲ ਗੁਣਾ ਕਰਕੇ 33 ਆ ਗਿਆ 33 ਦੇ ਵਿੱਚ 3 ਜੋੜਦੇ ਇਹਦੇ ਬਾਅਦ 33 ਦੇ ਫੇਰ ਨਾਲ ਗੁਣਾ ਕਰਤੀ 102 99 ਦੇ 99 ਵਿੱਚ 3 ਜੋੜ ਕੇ 102 ਬਣ ਗਏ ਇਸ ਤੋਂ ਬਾਅਦ 102 ਦੀ ਆਪਾਂ ਫੇਰ 3 ਨਾਲ ਗੁਣਾ ਕਰੀਏ 6 0 306 ਇਹਦੇ ਵਿੱਚ 3 ਜੋੜੇ 309 ਬਣ ਗਏ ਹੁਣ 309 ਦੀ ਆਪਾਂ 3 ਨਾਲ ਗੁਣਾ ਕਰਨੀ ਹੈ 9 3 27 309 ਹੁਣ ਗੁਣਾ ਤਾਂ ਕਰਨੀ ਆਉਂਦੀ ਹੂ ਅੱਦਿਆਂ ਨੂੰ ਅੱਦੇ ਮੈਨੂੰ ਪਤਾ ਤੈਨੂੰ ਗੁਣਾ ਵੀ ਨਹੀਂ ਆਉਂਦੀ ਹੋਣੀ ਆ ਮੈਨਸ ਵਾਲੀ ਚੁਲਚੇ ਦੇ ਹੋਣਗੇ ਦੇਖੋ ਐ ਐ ਹੁੰਦੀ ਹੁੰਦੀ ਆ ਮੈਨਸ ਵਾਲੀ ਗੁਣਾ ਯੂਰੋਪਾ 309 ਦੇ ਨੂੰ 3 ਨਾਲ ਗੁਣਾ ਕਰਾਂਗੇ ਦੇਖੋ 309 9 3 27 ਹੋਗੇ ਨਾ ਜੇ ਇੱਥੇ ਜ਼ੀਰੋ ਹੋਵੇ ਜਿਹੜਾ ਹਸਲ ਹੁੰਦਾ ਨਾ ਉਹ ਉਵੇਂ ਜਿਵੇਂ ਥੱਲੇ ਉਤਰਿਆ ਹੁੰਦਾ ਹੈ ਠੀਕ ਹੈ ਨਾ ਜੇ ਇੱਥੇ ਮਤਲਬ ਹਸਲ ਹੁੰਦਾ ਹੋਵੇ ਨਾਲ ਜ਼ੀਰੋ ਹੋਵੇ ਤਾਂ ਉਹ ਹਸਲ ਨਾਲ ਜਿਹੜਾ ਸਿੱਧਾ ਥੱਲੇ ਆ ਜਾਂਦਾ ਹੁੰਦਾ 309 927 927 ਆ ਗਿਆ ਤੇ 927 ਦੇ ਵਿੱਚ ਦੋ ਬੜਾ ਪਰ 3 ਵੀ ਜੋੜਨੇ ਆ ਤੇ ਕਿੰਨਾ ਅਨਸਰ ਆ ਗਿਆ ਆਪਣਾ 930 ਆ ਪਿਆ ਜੀ ਚਾਰ ਨੰਬਰ ਆਪਸ਼ਨ ਆਪਣਾ ਓਕੇ ਜੀ ਇਸ ਤੋਂ ਬਾਅਦ ਅੱਗੇ ਆਜੋ ਹੁਣ ਆਪਾਂ ਆ ਗਏ ਜੀ 230 246 271 307 ਕੀ ਹੋ ਰਿਹਾ ਹੈ ਬਾਧੇ ਕਰਮ ਵਿੱਚ ਜਾ ਰਹੀ ਹੈ ਚੀਜ਼ ਕਿੰਨੇ ਦਾ ਫਰਕ ਪੈ ਗਿਆ 30 40 26 ਦਾ ਇੱਥੇ ਕਿੰਨੇ ਦਾ ਫਰਕ ਪੈ ਗਿਆ 271 ਦੇ ਵਿੱਚੋਂ 246 ਘਟਾਈਏ 5 2 ਇੱਥੇ 26 ਦਾ ਫਰਕ ਪੈਂਦਾ ਸੀ ਇੱਥੇ 25 ਦਾ ਪੈ ਗਿਆ ਤਾਂ ਇੱਥੇ ਜਿੱਥੇਕਰ ਮੇਰਾ ਅੰਦਾਜ਼ਾ ਕੰਮ ਕਰ ਰਿਹਾ ਹੈ ਇੱਥੇ ਕਿੰਨੇ ਦਾ ਪੈਣਾ ਚਾਹੀਦਾ 307 ਦੇ ਵਿੱਚੋਂ 271 ਘਟਾਈ 6 10 ਕਿੰਨਾ ਕਿ 6 ਤਾਂ 36 ਦਾ ਇਹ 36 ਦਾ ਪੈ ਰਿਹਾ ਹੈ ਯਾਰ ਇਹ 26 ਦਾ ਪੈ ਰਿਹਾ ਤੇ 25 ਦਾ ਪੈ ਰਿਹਾ ਇੱਥੇ 36 ਦਾ ਪੈ ਰਿਹਾ ਇਹ ਨਾਲ ਦਾ ਸਕੁਅਰ ਬਣ ਰਿਹਾ ਕਿਸੇ ਦਾ ਅੱਛਾ ਇੱਥੇ 16 ਗੇ ਠੀਕ ਹੈ ਇਹ ਤੁਹਾਨੂੰ ਸਕੁਅਰ ਬਣ ਰਿਹਾ ਦੇਖੋ 4 4 16 5 5 25 6 6 36 7 7 49 ਤਾਂ 377 ਦੇ ਵਿੱਚ ਚੁੱਪ ਕਰਕੇ 49 ਜੋੜ ਦੋ 9 ਤੇ 10 16 ਹੋ ਗਏ 5 ਤੇ 356 ਇਹਦਾ ਆਨਸਰ ਆ ਗਿਆ ਬੱਚਿਓ ਥੋੜਾ ਜਿਹਾ ਐਕਟਿਵ ਰਹਿ ਕੇ ਕਰੋ ਪੁਲਿਸ ਕੋ ਜਿਵੇਂ ਤੁਹਾਨੂੰ ਕੱਲ ਦੱਸਿਆ ਜੀ ਕਿ ਬਾਬੂ ਬਣ ਕੇ ਬੈਠੇ ਰਹੋ ਤੇ ਸਾਰੀ ਜੇਲ੍ਹ ਖਾਲੀ ਕਰਾ ਦੂੰ ਠੀਕ ਹੈ ਤੇ ਰੀਜਨੇ ਕਦੇ ਵੀ ਬਾਹਰੋਂ ਨਹੀਂ ਹੁੰਦੀ ਹੁੰਦੀ ਹੁਣ ਸੁਣ ਲਓ ਜਿਹੜੇ ਕਹਿੰਦੇ ਸੀ ਕਿ ਜੀਕੇ ਨਾਲ ਬਾਹਰੋਂ ਆਜੇ ਪੁੱਤਰਵਾ ਨਾਦਰ ਰੀਜਨਿੰਗੇ ਬਾਹਰੋਂ ਆਵੇ ਨਾ ਮੈਥ ਬਾਹਰੋਂ ਆਵੇ ਠੀਕ ਹੈ ਤੇ ਲੱਗੇ ਰਹੋ ਹੋਰ ਮੈਂ ਕੋਈ ਗੱਲ ਕਰਾਂਗਾ ਚਲ ਬਾਅਦ ਕਰਦੇ ਆਂ ਬਾਕੀ ਗੱਲਾਂ ਬਾਹਣਾ ਬਾਲੇ ਸਵਾਰ ਕੱਢ ਕੇ ਬੂਰ ਹੋ ਜਨੇ ਆ ਅੱਜ 50 ਦੇ 50 ਕਰ ਦਨੇ ਆ ਯਾਰ 20 ਕੋ ਕਰ ਦਨੇ ਆ ਦੇਖੋ 7 8 12 21 x 62 ਹੁਣ ਆਪਾਂ ਦੇਖੀ ਬਣਾ ਕੇ ਇੱਥੇ ਕਿੰਨਾ ਫਰਕ ਪੈ ਰਿਹਾ ਇੱਕ ਦਾ ਇੱਥੇ ਪੈ ਰਿਹਾ ਚਾਰ ਦਾ ਇੱਥੇ ਪੈ ਰਿਹਾ 9 ਦਾ ਇੱਥੇ ਪਤਾ ਨਹੀਂ ਇੱਥੇ 1 ਦਾ ਇੱਥੇ 4 ਦਾ ਇੱਥੇ 9 ਦਾ ਇਹਦੇ ਤਿੰਨ ਬਦਲੇ ਇਹਦੇ ਚਾਰ ਬਦਲੇ ਇਹਦੇ ਕਿੰਨੇ ਬਦਲੇ ਚਾਹੀਦੇ ਇਹਦੇ ਵਿੱਚ ਬਦਲੇ ਚਾਹੀਦੇ ਆ 5 5 ਜੋੜੇ 9 ਦੇ ਵਿੱਚ 5 ਜੋੜੇ ਕਿੰਨੇ ਹੋਗੇ 14 14 ਬੈਂਤੀਆਂ ਸਰਾਰਿ ਹੈਦਾ ਯਾਰਾ ਇਸ ਸਵਾਲ ਕਿਹੜਾਗਾ 7 8 ਨਾ ਇੱਕ ਤਾਂ ਇਸ ਸਵਾਲ ਚ ਥੋੜਾ ਜਿਹਾ ਕੀ ਸੋਚੀ ਇਹਦੇ ਬਾਰੇ ਸਵਾਲ ਥੋੜੇ ਉਖਾ ਲੱਗ ਰਹੇ ਹੈ ਇਹ ਇੱਕ ਮੈਂ ਦੇਖਣੇ ਬੱਚੇ ਦੇ ਚ ਇਹ ਮਾਈਕ ਫੜ ਕੇ ਦੇਖੀ ਇੱਕ ਮਿੰਟ 7 ਆ ਗਿਆ 8 ਆ ਗਿਆ 12 21 x 62 ਇੱਥੇ ਪੈ ਰਹੇ ਇੱਕ ਦਾ ਫਰਕ ਇੱਥੇ ਪੈ ਰਹੇ ਹੈ 4 ਦਾ ਫਰਕ ਇੱਥੇ ਪੈ ਰਹੇ ਹੈ 9 ਦਾ ਫਰਕ ਅੱਧ ਪਚੱਦੀ ਗੱਲ ਹਾਂ 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 ਠੀਕ ਐ ਆ ਬਣ ਗਈ ਸੀਰੀਜ਼ ਜੀ ਸਕੁਅਰ ਬਣ ਰਿਹਾ ਤੇ ਇੱਥੇ ਕਿਹਦਾ ਸਕੁਅਰ ਬਣਨਾ ਚਾਹੀਦਾ ਇੱਥੇ ਬਣਨਾ ਚਾਹੀਦਾ ਜੋ ਇੱਥੇ ਇੱਕ ਦਾ ਬਣ ਰਿਹਾ ਇੱਥੇ ਦੋ ਦਾ ਬਣ ਰਿਹਾ ਇੱਥੇ ਤਿੰਨ ਦਾ ਬਣ ਰਿਹਾ ਇੱਥੇ ਬਣੂਗਾ ਚਾਰ ਦਾ ਚੌਕ ਚੌਕੀ 16 ਠੀਕ ਐ ਜਿਹੜਾ 21 ਦੇ ਵਿੱਚ ਆਪਾਂ 16 ਜੋੜਾਂਗੇ ਇਹ ਆ ਗਿਆ 37 ਆਨਸਰ ਜੀ ਠੀਕ ਐ ਨਾ 7 8 12 ਦੇ ਵਿੱਚ ਜੋ ਡਿਫਰੈਂਸ ਦੇਖਿਆ 1 4 9 ਦਾ ਬਣਦੀ ਸਕੁਅਰ ਬਣ ਰਿਹਾ ਜੀ ਮੈਂ ਤੁਹਾਨੂੰ ਕਹਿੰਦਾ ਸਕੁਅਰ ਯਾਦ ਕਰ ਲਿਓ ਠੀਕ ਐ ਹੁਣ ਆ ਗਿਆ ਆਪਾਂ ਅਗਲੇ ਤੇ ਅਗਲਾ ਤਾਂ ਦੇਖਾਂ ਜੀ ਮੈਨੂੰ ਸੌਖਾ ਲੱਗ ਜਾਂਦਾ ਇਹੇ ਸਵਾਲ ਦੇਖਣਾ ਵਿੱਚ ਵਿੱਚ ਆ ਜੜਦੇ ਨੇ ਜੀ ਮੈਂ ਆ ਦੇਖੋ 7ਉ 7 ਹੀ 49 ਦੇਖੋ ਆ ਬਣ ਗਈ ਨਾ ਚੀਜ਼ 7ਉ 7 ਹੀ 49 8ਉ 8 ਹੀ 64 ਦੇਖੋ ਇੱਥੇ 7 ਦਾ ਸਕੁਅਰ ਆ ਗਿਆ ਇੱਥੇ 8ਉ 8 ਹੀ 64 ਆ ਗਿਆ ਮਤਲਬ ਤੁਸੀਂ ਆ ਚੀਜ਼ ਵੀ ਜੇ ਆਪਾਂ ਜੇ ਆਪਾਂ ਲੜੀ ਬਣਾ ਕੇ ਦੇਖਦੇ ਜੇ ਮੰਨ ਲਓ ਇੱਥੇ ਕੋਈ ਹੋਰ ਚੀਜ਼ ਦਿੱਤੀ ਵੀ ਹੁੰਦੀ 7538 ਇੱਥੇ 81 ਲਿਖਿਆ ਹੋਆ ਹੁੰਦਾ ਠੀਕ ਹੈ ਨਾ ਥੋੜੀ ਮਿਸਟੇਕ ਹੈਗੀ ਹੈ ਸਵਾਲ ਦੇ ਵਿੱਚ ਬਸ ਇਹਨੂੰ ਸਵਾਲ ਠੀਕ ਹੈ ਇੱਥੇ 7549 ਦਾ ਸਕੁਅਰ ਹੈ ਇੱਥੇ 8864 ਹੈ ਇੱਥੇ 9981 ਹੋਣੀ ਚਾਹੀਦੀ ਸੀ ਸਕੁਅਰ ਦਾ ਸਕੁਅਰ ਬਿਲ ਮਿਲ ਰਿਹਾ ਹੈ ਠੀਕ ਹੈ ਨਾ ਸਕੁਅਰ ਦਾ ਸਕੁਅਰ ਮਿਲ ਰਿਹਾ ਹੈ ਇੱਥੇ ਤਾਂ ਇੱਥੇ 100% 81 ਆਨਸਰ ਆਊਗਾ ਤੇ ਸੀ ਨੰਬਰ ਆਪਸ਼ਨ ਆਨਸਰ ਆਏਗਾ ਹੁਣ ਆ ਗਿਆ ਆਪਾਂ 42ਵੇਂ ਤੇ ਬੱਚਿਓ 8 24 12x1854 ਹੁਣ ਆਪਾਂ ਕਰਨਾ ਇਹ ਸਵਾਲ ਇਹ ਤੁਸੀਂ ਦੇਖੋ ਕਿ ਲੜੀ ਬਣ ਰਹੀ ਹੈ ਇਹਦੇ ਵਿੱਚ ਕੋਈ ਲੜੀ ਬਣਾ ਕੇ ਦੇਖੋ ਤੁਹਾਡਾ ਵੀ ਦਿਮਾਗ ਕੰਮ ਕਰ ਦੋ ਵੀਡੀਓ ਰੋਕ ਲਿਆ ਕਰੋ ਠੀਕ ਹੈ ਵੀਡੀਓ ਰੋਕ ਕੇ ਤੁਸੀਂ ਦੁਬਾਰਾ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਕਿ ਸਵਾਲ ਨਿਕਲਦਾ ਕਿ ਨਹੀਂ ਨਿਕਲਦਾ ਹਾਂ ਅਰਤੀਆ 24 ਹੈਣਾ ਅ 18 54 ਤੇ 18 36 ਅਨਸਰ ਆਊਗਾ ਜੀ ਆ ਆ ਗਿਆ ਅਨਸਰ ਠੀਕ ਹੈ ਇਹ ਗੁਣਾ ਹੋ ਰਹੀ ਸੀ ਆ ਚੀਜ਼ ਤੱਕ ਤਾਂ ਦਾਜਾ ਲਾ ਗਿਆ ਮੈਨੂੰ ਇੱਕ ਚੀਜ਼ ਤੋਂ ਹਾਂ ਦਾਜਾ ਲਾ ਗਿਆ ਥੋੜੇ-ਮੋਟੇ ਚਲਾ ਕੇ ਬਣੋ ਚੀਜ਼ ਨਾ ਇਨੀ ਜਿਵੇਂ ਹੁਣ ਪੁਲਿਸ ਵਾਲੇ ਨਹੀਂ ਹੁੰਦੇ ਹਰੇਕ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਹੈਨਾ ਸ਼ੱਕ ਦੀ ਨਜ਼ਰ ਨਾਲ ਦੇਖਦਾ ਤਾਂ ਹੀ ਉਹ ਬੰਦਾ ਨੂੰ ਫੜ ਲੈਂਦੇ ਆ ਤੇ ਤਾਂ ਕਰਕੇ ਹਰੇਕ ਚੀਜ਼ ਨੂੰ ਨਾ ਰੀਜਨ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖਿਆ ਕਰੋ ਇਹका पूरी फीलिंग लेके सीएडी देखਦੇ ਹੁੰਦੇ ਹੋ ਉਹ ਜਿਹਨੇ ਕਹਿੰਦਾ ਹੁੰਦਾ ਦੇਖ ਕੁਝ ਗੜਬੜਾ ਹੈ ਵਸਾਂ ਇਹ ਕਹੀ ਜਾ ਕਰੂਗੀ ਗੜਬੜਾ ਕੋਈ ਇੱਥੇ ਅਹ ਆ ਗਿਆ ਜੀ ਅਗਲਾ ਸਵਾਲ ਆਪਣਾ 43ਵਾਂ 43ਵੇਂ ਦੇ ਵਿੱਚ ਕੀ ਚੱਕਰ ਪੈ ਰਿਹਾ ਹੈ ਸਕੁਅਰ ਤੱਕ ਲਾ 1525 1525 ਹੈ ਸਕੁਅਰ ਵਾਲਾ ਫਾਰਮੂਲੇ ਤੇ ਲੱਗਣਾ ਮੁਸ਼ਕਿਲ ਹੈ ਡਿਫਰੈਂਸ ਚੈੱਕ ਕਰੀਗੀ ਚੀਜ਼ ਬਾਤ ਰਹੀ ਹੈ ਇਆ ਗਿਆ 112 ਕਹਿੰਦਾ ਕਿ ਦੋ ਕਿਦਿਕਤ ਬਰਾ ਦੁਗਣਾ ਜੋੜ ਰਿਹਾ ਹੈ ਜਿਹ ਚ ਹੈ ਇਹ ਜੇ ਜੇ ਆਪਾਂ 113 ਦੀ 113 ਦੀ ਗੁਣਾ ਕਰੀਏ ਦੋ ਨਾਲ 226 ਹਾਂ ਬਸ ਠੀਕ ਹੈ 113 ਦੀ ਕੀ ਕਰ ਰਿਹਾ ਦੋ ਨਾਲ ਗੁਣਾ ਕਰਕੇ ਜੋ ਮੈਂ ਸਿੱਖ ਕਰ ਰਿਹਾ ਇੱਥੇ ਫਿਰ ਇੱਥੇ ਕਰ ਰਿਹਾ 225 ਦੀ ਗੁਣਾ ਕਰ ਰਿਹਾ ਦੋ ਨਾਲ ਜੋ 225 ਦੀ ਉਹਨਾ 200 ਨਾਲ ਕਰੀ 450 ਆਨਸਰ ਆਜੂਗਾ ਠੀਕ ਹੈ ਜੀ ਕਿੰਨਾ ਆਨਸਰ ਆਜੂਗਾ 450 450 ਦੇ ਵਿੱਚੋਂ ਇੱਕ ਜੀਰੋ ਘਟਾਵਾਂਗੇ ਕਿੰਨਾ ਬਣ ਜੂਗਾ 449 ਉਹ ਜਿਵੇਂ 449 ਦੀ ਆਪਾਂ ਕਰਨੀਆਂ 2 ਨਾਲ ਗੁਣਾ 9 ਦੋਨੇ 18 8 ਤੇ 1 9 8 898 898 ਦੇ ਵਿੱਚੋਂ ਜਿਹੜੋ ਇੱਕ ਘਟਾਵਾਂਗੇ ਆਪਾਂ ਜਿਵੇਂ ਸੀਰੀਜ਼ ਦੁਬਾਰਾ ਘਟਾ ਰਹੇ ਹਾਂ ਤਾਂ ਇਹ ਬਣ ਜੂਗਾ ਜੀ 897 ਓਕੇ ਜੀ ਪਤਾ ਲੱਗ ਗਿਆ ਇਸ ਦੁੱਗਣਾ ਕਰਕੇ ਕਮੈਂਸ ਹੋ ਰਿਹਾ ਸੀ ਦੁੱਗਣਾ ਕਰਕੇ ਫਿਰ ਮਾਈਨਸ ਹੋ ਰਿਹਾ ਸੀ ਇਹ ਦਿਮਾਗ ਤੁਹਾਡਾ ਨਾ ਇਹਦਾ ਸਮਝੋ ਕਿ ਕਿਵੇਂ ਕੱਢਾਂਗੇ ਇਹ ਦਿਮਾਗ ਤੁਹਾਡਾ ਆਪਣੇ ਆਪ ਹੀ ਕੰਮ ਕਰਿਆ ਕਰੂਗਾ ਜੇ ਤੁਸੀਂ ਪ੍ਰੈਕਟਿਸ ਕਰੋਗੇ ਆ 50 ਸਵਾਲ ਇਹਨਾਂ ਘਟੋ ਘਟ 10 ਵਾਰੀ 5 10 ਵਜੇ ਦਾ ਬਾਲਾ ਹੋ ਗਿਆ ਦੋ ਤਿੰਨ ਵਾਰੀ ਪ੍ਰੈਕਟਿਸ ਕਰ ਲਓ ਇਹ ਦੋ ਵਾਰੀ ਜਦੋਂ ਆਪਾਂ ਟੈਸਟ ਲਿਆ ਕਰਾਂਗੇ ਟੈਸਟ ਦੇ ਵਿੱਚ ਵੀ ਆਪਾਂ ਨਵੇਂ ਪ੍ਰੈਕਸ਼ਨ ਪਾਏ ਕਰਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਿਆ ਕਰੂਗਾ ਠੀਕ ਹੈ ਦੇਖੋ ਪੇਪਰ ਜਿਹੜਾ ਹੋਣਾ ਉਹ ਹੋਣਾ ਬੱਚੋ 1.5 ਘੰਟੇ ਦਾ ਠੀਕ ਹੈ 1.5 ਘੰਟੇ ਦਾ ਪੇਪਰ ਨਾਲ 1.5 ਘੰਟ ਸੋ ਐਮ ਐਸ ਕਯ ਕਰਨਾ 1.5 ਘੰਟੇ ਦੇ ਵਿੱਚ ਤੁਸੀਂ ਦੇਖ ਲਓ ਵੰਡ ਕੇ ਕਿੰਨੇ ਸਕਿੰਟ ਆਏ 90 ਮਿੰਟ ਹੁੰਦੇ ਆ 100 ਆਪਰੇਸ਼ਨ ਕਰਨਾ 0. ਠੀਕ ਹੈ ਤਾਂ 90 ਸਕਿੰਟ ਹੋਏ ਤੁਹਾਡੇ ਕੋਲੇ ਠੀਕ ਹੈ ਤੇ ਧਿਆਨ ਨਾਲ ਸਵਾਲ ਕਰੋ ਸਾਰੇ ਠੀਕ ਹੈ ਜੀ ਇਸ ਤੋਂ ਬਾਅਦ ਊਂ ਆਪਣੇ ਕੋਲ ਆ ਕੇ 44ਵਾਂ ਸਵਾਲ ਹੁਣ 44ਵਾਂ 44ਵਾਂ ਦਾ ਸੌਖੀ ਲੱਗਦਾ 11 121 1331 11 121 ਹੁੰਦੇ ਆ ਠੀਕ ਹੈ ਜੀ 11 121 ਹੁੰਦੇ ਆ ਤੇ 121 121 ਕਿੰਨੇ ਹੁੰਦੇ ਆ 11 11 121 121 ਰੱਪੇ 11 ਨਾਲ ਗੁਣਾ ਕਰਦੇ ਹੁੰਦੇ ਆ ਇਹ ਆ ਜਾਂਦਾ 1331 ਤੇ 1331 ਦੀ ਆਪਾਂ ਫੇਰ 11 ਨਾਲ ਗੁਣਾ ਕਰਨੀ ਆ 1 3 3 1 1 3 3 1 1 4 6 4 14641 ਅਨਸਰ ਆ ਗਿਆ ਜੀ ਸੀਰੀਜ਼ ਬੰਦ ਰਿਸੀਦ 11 ਨਾਲ ਹੀ ਗੁਣਾ ਹੋ ਰਹੀ ਸੀ ਇਕਲੀ ਠੀਕ ਹੈ ਜੀ ਉਹ ਤੁਹਾਨੂੰ ਸਾਬ ਮੈਥ ਦਾ ਸਾਬ ਇੰਡੇ ਤੇ ਲਾ ਕੇ ਦੱਸ ਦ ਤੁਹਾਨੂੰ ਕਿੰਨੇ ਸਕਿੰਟ ਬੰਦਿਆ ਤੁਹਾਨੂੰ ਇੱਕ ਸਵਾਲ ਘਟਣ ਵਾਸਤੇ ਤੇ ਹੁਣ ਆਗੇ ਆਪਾਂ 45ਵੇਂ ਤੇ ਠੀਕ ਹੈ ਇੱਥੇ ਆ ਗਏ ਇਹਦੀ ਵੀ ਡਿਫਰੈਂਸ ਥੋੜੇ ਥੋੜੇ ਛੋਟਾ ਜਿਹਾ ਨਾ ਡਿਫਰੈਂਸ ਕੱਢਣਾ ਸੌਖਾ ਹੋ ਜਾਂਦਾ ਚਾਰ ਦਾ ਫਰਕ ਪੈ ਰਿਹਾ ਇੱਥੇ ਫਰਕ ਕਿੰਨੇ ਦਾ ਪੈ ਰਿਹਾ 12 ਦਾ ਇੱਥੇ ਕਿੰਨੇ ਦਾ ਪੈ ਰਿਹਾ 21 ਤੇ 31 10 16 ਦਾ 4 3 12 6 2 16 ਕਿਆ ਸੀਰੀਜ਼ ਹੈ ਇੱਥੇ ਵਿੱਚ ਕਿੰਨੇ ਦਾ ਫਰਕ ਪੈ ਰਿਹਾ ਇਧਰ ਆ ਗਿਆ ਹੱਥ ਲੱਗਿਆ ਨਾ 11 ਚ 4 ਇਧਰ ਕਿ 7 7 ਚ 3 ਕੱਢੇ 43 ਇਹ ਵੀ ਸੀਰੀਜ਼ ਨਹੀਂ ਬਣ ਰਹੀ ਮੁੰਡਿਓ ਹੁਣ ਕੀ ਹੱਲ ਖੜ ਗਿਆ ਜਿਹੜੀ ਸੀਰੀਜ਼ ਨਹੀਂ ਬਣ ਰਹੀ ਤਾਂ ਕੱਲ ਆਪਾਂ ਵੀ ਹੋਰ ਫੜਗੇ ਇਹਦੇ ਚੋਂ 3 7 ਬੰਨੀ ਰਹੀ ਤੇ ਜੇ ਆਪਾਂ ਇਹ ਕਰੀਏ ਇਹਨੂੰ 5 ਦੁਣੀ 10 ਕਰਕੇ ਦੇਖੀਏ 5 ਦੁਣੀ 10 10 ਦੇ ਵਿੱਚੋਂ ਇੱਕ ਕੱਢਿਆ 9 ਬਣ ਗਏ ਇਹ ਤੋਂ ਬਾਅਦ 9 ਦੁਣੀ ਆਪਾਂ ਕਰਤਾ 18 18 ਦੇ ਵਿੱਚ ਜੇ ਆਪਾਂ ਇੱਕ ਘਟਾਉਣੇ ਦਾ 17 ਰਹਿ ਜਾਂਦੇ ਆ ਜੇ ਇੱਕ ਜੋੜ ਦੇਉਂਦੇ ਨਹੀਂ ਰਹਿ ਜਾਂਦੇ ਆ ਇਹ ਵੀ ਇਕਲੀ ਦੇਖੀਏ ਇੱਕ ਮਿੰਟ ਮੈਨੂੰ ਸ਼ੱਕ ਘੱਟ ਲੈਂਦੇ ਆ ਦੋ ਬਰਕੀ ਕਿ ਰਿਫਰ ਦੋ ਨਾਲ ਕਰੀ ਜੇ ਆਪਾਂ ਇਹ ਕਿੰਨਾ ਆ ਗਿਆ 21 ਦੋ ਨਾਲ ਕਰੀ 2 4 42 ਇਹ ਆ ਗਿਆ 42 42ਆਂ ਦੇ ਵਿੱਚੋਂ 5 ਘਟਾਤੇ ਇਹ ਆ ਗਿਆ 37 ਬਣ ਗਈ ਜੀ ਸੀਰੀਜ਼ ਦੇਖੋ ਬੱਚੋ ਕਿਹੜੀ ਸੀਰੀਜ਼ ਬਣੀ ਆ ਦੇਖੋ ਧਿਆਨ ਨਾਲ ਦੁਬਾਰਾ ਦਿਖਾਉਣਾ ਤੁਹਾਨੂੰ ਕੱਢ ਕੇ ਸਾਰੀ ਨੇ ਇਹ ਸੀਰੀਜ਼ ਬਣ ਗਈ ਪੂਰੀ ਵਧੀਆ ਇਹ ਸੌਰੀ ਕਰ ਦਿੰਦੇ ਨੇ ਸਾਰਾ ਦੇਖੋ ਇਹ ਸੀਰੀਜ਼ ਕਿਵੇਂ ਬਣ ਗਈ ਆਪਾਂ ਹੌਲੀ ਹੌਲੀ ਤਾਂ ਕਰਦੇ ਆ ਠੀਕ ਹੈ ਕਿ ਤੰਗੀ ਤਾਂ ਥੋੜੇ ਦਿਮਾਗ ਤੇ ਵਿੱਚ ਗੱਲ ਵੇ ਜੀ ਜਿਹੜਾ ਆਪਾਂ ਦੇਖੋ ਜਿਹੜਾ 5 ਦੀ 2 ਨਾਲ ਗੁਣਾ ਕੀਤੀ ਠੀਕ ਹੈ ਦੇਖੋ 5 ਦੀ ਆਪਾਂ 2 ਨਾਲ ਗੁਣਾ ਕੀਤੀ 5 2 10 1 ਕਿੰਨਾ ਹੋ ਗਿਆ 9 9 ਦੀ 2 ਨਾਲ ਕੀਤੀ 9 2 18 ਤਾਰੇ ਵਿੱਚ ਜੁਮੇ ਦੇਖਿਆ ਕਿ ਠੀਕ ਹੈ ਜੇ ਆਪਾਂ ਕਲੀ ਜੋੜ ਕੇ ਦੇਖਾਂ ਮੈਂ ਇਹ ਬਣ ਗਈ ਸੀ ਆਪਣੇ ਕੋਲੇ 21 21 ਬਣ ਗਈ ਸੀ ਇਸ ਤੋਂ ਬਾਅਦ ਜਿਹਨੂੰ ਮੈਂ 21 ਦੀ ਦੋ ਨਾਲ ਕੀਤੀ ਇਹ ਮੇਰੇ ਕੋਲੇ ਆ ਗਿਆ ਸੀ 42 42ਆਂ ਦੇ ਵਿੱਚੋਂ ਮੈਂ 5 ਘਟਾਤੇ ਮੇਰੇ ਕੋਲੇ ਆ ਗਿਆ 37 ਕਹਿੰਦਾ ਮਤਲਬ ਕਿ 1 ਬਾਈ ਤਾਂ ਮਾਈਨਸ ਕਰਨੀ ਹੈ ਆਹ ਰਕਮ ਆ ਗਈ ਕਲੀ ਕਲੀ ਵਾਲੀਆਂ ਰਕਮਾਂ ਚੱਕਣੀਆਂ ਆਪਾਂ ਠੀਕ ਹੈ ਕਲੀ ਕਲੀ ਇਹ 1 ਬਜਾ ਉਹੀ ਕਲੀ ਵਾਲੀ ਰਕਮ ਮਾਈਨਸ ਕਰਨੀ ਇੱਕ ਵਾਰੀ ਪਲੱਸ ਕਰਨੀ ਫਿਰ ਮਾਈਨਸ ਕਰਨੀ ਹੁਣ ਅੱਗੇ ਜਾ ਕੇ ਫਿਰ ਪਲੱਸ ਹੋਊਗੀ ਦੇਖਿਓ ਅ 37 ਗੁਣਾ 2 14 6 6 ਦੇ ਕਿ 776 74 ਦੇ ਵਿੱਚ ਜਿਹੜਾ ਆਪਾਂ 7 ਜੋੜੇ ਇਹ ਬਣ ਗਿਆ 81 ਹੁਣ ਅਗਲੀ ਚ 9 ਮਾਈਨਸ ਹੋਣਗੇ ਜੇ ਆਪਾਂ 81 ਦੀ ਦੋ ਨਾਲ ਗੁਣਾ ਕਰੀਏ 2 16 ਇਹ ਚ ਜੇ ਦੋ ਮਾਈਨਸ ਕਰਾਂਗੇ ਆਪਾਂ 9 ਮਾਈਨਸ ਕਰਾਂਗੇ ਇੱਕ ਟ੍ਰੀਲ ਦੇ ਵਿੱਚ ਦੋ 9 ਮਾਈਨਸ ਕਰਾਂਗੇ ਕਿੰਨਾ ਆਜੂਗਾ 81 ਤੋਂ 162 ਹੈ 162 ਦੇ ਵਿੱਚੋਂ ਜੇ ਆਪਾਂ 9 ਮਾਈਨਸ ਕਰਦੇ ਆਂ ਇਧਰ ਅਗੇ 12 12 ਦੇ ਵਿੱਚੋਂ 3 ਤਿਆ ਕਿਹਦੀ ਕਿ ਸਾਰੇ ਮੰਗ ਰਿਹਾ ਹੈ 5153 153 ਬੱਚੇ ਦਾ ਅਨਸਰ ਆ ਗਿਆ ਠੀਕ ਹੈ ਹੁਣ ਆ ਗਏ ਆਪਾਂ 46ਵੇਂ ਤੇ 2187 ਤੋਂ 729 243 81 27 9 ਘਰਦੀ ਜਾ ਰਹੀ ਹੈ ਚੀਜ਼ ਠੀਕ ਹੈ ਤੇ 9 9 81 ਅੰਦਰ ਸਿਧਾਂਤਾਂ ਦਾ ਜਾਈ ਲੱਗ ਰਿਹਾ 27 ਤਿਆ 81 9 ਤਿਆ 27 81 3 243 243 3 729 729 3 187 3 561 9 ਤੇ ਜਵਾਬ ਸਤਨ ਆਜੂਗਾ ਠੀਕ ਹੈ ਜੀ ਜਵਾਬ ਸਤਨ ਆਜੂਗਾ ਜਿਹਨੂੰ ਨਹੀਂ ਸਮਝ ਆਦੀ ਵੀਡੀਓ ਰੋਕ ਕੇ ਦੇਖ ਲਿਆ ਕਰੋ ਹੁਣ ਆ ਗਿਆ ਆਪਣੇ ਕੋਲੇ ਅਗਲਾ ਸਵਾਲ ਅੱਜ ਲਾਸਟ ਹੈ ਬੱਚੋ ਇਹ ਜੀ ਮਤਲਬ ਇਹਦਾ ਲਾਸਟ ਟਾਪਿਕ ਹੈ ਦੋ ਵਾਰ ਆਪਾਂ ਕੱਲ ਤੋਂ ਨਵਾਂ ਸ਼ੇਡਾਂਗੇ ਦੇਖੋ ਠੀਕ ਹੈ ਆ ਸੋਲਾਂਗੇ ਹੁਣ ਆਪਾਂ ਚੱਲਣਾ ਅੱਗੇ ਇਹ ਤੇ ਫਰਕ ਰਿਹਾ ਇੱਕ ਦਾ ਇੱਥੇ ਪੈਂਦਾ 10 ਦਾ ਇੱਥੇ ਪੈਂਦਾ ਇੱਕ ਤੇ 441 ਇਹਦਾ ਕੋਈ ਸੀਰੀਜ਼ ਨਹੀਂ ਬਣ ਰਹੀ ਯਾਰ ਅ ਦੋ ਨੂੰ 4 ਕਰੀਏ ਤੇ ਇਹਦੀ 9 ਕਰੀਏ ਜੀ ਨਹੀਂ ਕੋਈ ਸੀਰੀਜ਼ ਬਣ ਨਹੀਂ ਰਹੀ 5 ਮਿੰਟ ਸ਼ੀਮਾ ਅ ਹੋਰ ਮੈਥਡ ਲਾ ਕੇ ਦੇਖੀਏ ਕੋਈ ਇੱਥੇ ਆਪਾਂ 5 10^2 ਜੇ 5 ਦੀ ਜਗ੍ਹਾ ਤੇ 5 ਦੇਖਣਾ ਗੁਣਾ ਕਰੀਏ ਜੀ ਆਪਾਂ 5 1 ਤੇ ਪਲੱਸ 1 6 ਹੋ ਗਿਆ ਹੁਣ ਆਪਾਂ ਕਰੀਏ 6 2 12 12 ਦੇ ਵਿੱਚ ਜੇ 2 ਜੋੜਦੇ ਆ ਤਾਂ 13 ਮਨੂ ਜੀ ਆਪੇ ਦਾ ਸਕੁਅਰ ਜੋੜ ਗਏ ਤੇ ਚ ਇੱਥੇ ਵੀ 4 16 ਹਾਂ ਬਸ ਠੀਕ ਹੈ ਬਣ ਲੱਗ ਗਿਆ ਪਹਿਲਾ 1 ਦਾ ਫਿਰ 2 ਦਾ ਦੇਖੋ ਹੁਣ ਮੈਂ ਤੁਹਾਨੂੰ ਧਿਆਨ ਨਾਲ ਸਮਝਾਉਣਾ ਦੁਬਾਰਾ ਦੇਖੋ 5 ਤੋਂ 6 ਹੋ ਰਿਹਾ ਸੀ ਠੀਕ ਹੈ ਪਹਿਲਾਂ ਜੀ 1 ਨਾਲ ਗੁਣਾ ਕਰੀ ਇਹਨਾਂ ਨੇ ਬਾਅਦ ਵਿੱਚ ਕੀ ਕਰਿਆ 1 ਦਾ ਸਕੁਅਰ ਦੇ ਵਿੱਚ ਜੋੜਤਾ ਉਮੀਦ ਮੈਂ ਆਪਾਂ ਕੀਤਾ 6 ਦੀ ਇੱਥੇ 2 ਨਾਲ ਗੁਣਾ ਕਰਤੀ ਸੀ ਜਿਵੇਂ ਵਧਾਤੀ ਤੇ 6 ਦੁਣੀ 12 ਤੇ 2 ਦਾ ਸਕੁਅਰ ਕਰਤਾ ਇਸ ਤੋਂ ਬਾਅਦ 16 3 ਆ 16 3 ਕਿੰਨੇ ਹੁੰਦੇ 48 ਹੁੰਦੇ ਆ 16 48 48 ਦੇ ਵਿੱਚ ਕਿਹਦਾ ਸਕੁਆਰ ਜੋੜਾਂਗੇ ਇੱਥੇ ਆਪਾਂ 133 ਤੇ 9 9 ਜੋੜੇ ਕਿੰਨੇ ਬਣਗੇ 57 ਤਾਂ ਉਵੇਂ ਜਿਵੇਂ ਇੱਥੇ 1 2 3 ਇੱਥੇ 244 ਦੀ ਆਪਾਂ ਗੁਣਾ ਕਰਾਂਗੇ 4 ਨਾਲ ਚੌਂਕ ਚੌਂਕੀ 16 16 ਦੇ ਇੱਕ 17 8 ਦੇ ਇੱਕ 976 976 ਵਿੱਚ ਕਿਹਦਾ ਸਕੁਆਰ ਜੋੜਾਂਗੇ ਆਪਾਂ ਚੌਂਕ ਚੌਂਕੀ 2 ਨੂੰ 4 ਤੇ ਤੇ ਨੋ ਚੋਕ ਚੋਕੀ 16 16 ਨੇ ਜੋੜਾਂਗੇ ਇੱਥੇ ਆਪਾਂ ਠੀਕ ਹੈ 12 7 8 9 ਤੇ 992 ਅਨਸਰ ਆ ਗਿਆ ਜੀ ਇਹਦਾ ਠੀਕ ਹੈ 992 ਅਨਸਰ ਆ ਗਿਆ ਹੁਣ ਆਪਾਂ ਆ ਗਏ 48ਵੇਂ ਤੇ 3 19 97 391 x ਆ ਦੋ ਸਵਾਲ ਤੁਸੀਂ ਆਪ ਕੱਢਣੇ ਦੂਆਦਲੇ 2359 ਠੀਕ ਹੈ ਜੀ 2359 ਕਿੰਨਾ ਡਿਫਰੈਂਸ ਰਹੇਗਾ ਇਹਨਾਂ ਦੇ ਵਿੱਚ 3 ਉਤਿਓ 9 ਦਾ ਡਿਫਰੈਂਸ ਕਿੰਨਾ ਰਹੇਗਾ ਕਿਸ ਸਾਉਤ ਆ ਰਿਹਾ ਸਕਦਾ ਹੈ ਜੇ ਆਪੇ ਦੀ ਗੁਣੀ ਕਰਕੇ ਦੇਖ ਲੀਖੀ ਤਾਂ ਨਗੁਣਾ 6 3 18 18 ਦੇ ਵਿੱਚ ਇੱਕ ਜੋੜਿਆ 19 6 3 18 ਤਾਂ ਇਹਦੇ 6 ਨਾਲ ਗੁਣਾ ਕੀਤੀ ਇਦੋਂ ਜੇ ਆਪਾਂ ਇਹਦੀ 6 ਨਾਲ ਗੁਣਾ ਕਰਦੇ ਆਂ ਇਹਦੀ 5 ਨਾਲ ਗੁਣਾ ਕਰਕੇ ਦੇਖੀਏ 9 5 45 5 6 30 8 9 72 45 72 117 95 ਦੇ ਵਿੱਚ 2 ਜੋੜ ਕੇ 97 ਠੀਕ ਹੈ ਠੀਕ ਹੈ ਜੀ ਇੱਥੇ 6 ਨਾਲ ਗੁਣਾ ਹੋਗੀ ਇਹਦੀ 6 3 18 18 ਦੇ ਵਿੱਚ 1 ਜੋੜ ਕੇ 19 ਲਾ ਤੇ ਦੁਬਾਰਾ 19 ਦੀ ਕਰਤੀ ਆਪਾਂ 19 ਦੀ ਗਿਣਾ ਕਰਤੀ ਆਪਾਂ ਗੁਣਾ 19 ਦੀ ਕਰਤੀ 5 ਨਾਲ ਗੁਣਾ ਆਪਾਂ ਇੱਥੇ ਯੋਨੀ 5 9 95 ਇੱਥੇ ਆਪਾਂ ਇੱਥੇ ਇੱਕ ਜੋੜਾ ਸੀ ਇੱਥੇ ਦੋ ਜੋੜੇ ਤੇ 97 ਹੁਣ ਅਗਲੇ ਜੇ ਆਪਾਂ ਕੀ ਕਰਨਾਗਾ 97 ਦੀ ਗੁਣਾ ਕਰਨੀ ਆਪਾਂ 4 ਨਾਲ ਇਹ ਆਜੂਗਾ 100% ਜਿੰਨਾ ਵੀ ਆ ਗਿਆ ਉਹਦੇ ਵਿੱਚ ਆਪਾਂ ਜੇ ਤਿੰਨ ਜੋੜਾਂਗੇ ਤਾਂ 391 ਆਜੂਗਾ 100% ਇਹੀ ਚੱਲੂਗਾ ਇਸ ਤੋਂ ਬਾਅਦ ਆਪਣੇ ਕੋਲ ਤੇ 391 ਆ ਗਿਆ ਤੇ 391 ਦੇ ਵਿੱਚ ਆਪਾਂ ਕੀ ਕਰਨਾ ਬੱਚਿਓ 391 ਨੂੰ ਆਪਾਂ ਗੁਣਾ ਕਰਨਾਗਾ 3 ਨਾਲ ਕਿਉਂਕਿ ਸੀਰੀਜ਼ ਘਟ ਰਹੀ ਹੈ ਨਾ ਇੱਥੇ ਆਪਾਂ ਇਹਨੂੰ 6 ਨਾਲ ਗੁਣਾ ਕੀਤਾ ਸੀ। ਇਸ ਦੋ ਵਾਰ ਇੱਥੇ ਨੂੰ 5 ਨਾਲ ਗੁਣਾ ਕੀਤਾ ਸੀ, ਇੱਥੇ 4 ਨਾਲ ਗੁਣਾ ਕੀਤਾ ਤੇ ਇੱਥੇ ਆਪਾਂ 3 ਨਾਲ ਗੁਣਾ ਕਰਾਂਗੇ ਇਹਨੂੰ। 3 9 27, 9 10 11, ਇਹ ਬਣ ਗਿਆ ਆਪਣੇ 1173 ਤੇ 1173 ਦੇ ਵਿੱਚ ਆਪਾਂ ਕੀ ਕਰਾਂਗੇ ਹੁਣ? ਹੂੰ 1173 ਦੇ ਵਿੱਚ ਇੱਥੇ ਇੱਕ ਜੋੜਿਆ ਸੀ, ਇੱਥੇ ਦੋ ਜੋੜਿਆ ਸੀ, ਇੱਥੇ ਤਿੰਨ ਜੋੜਿਆ ਸੀ, ਇੱਥੇ ਚਾਰ ਜੋੜ ਕੇ ਜੇ ਆਪਾਂ ਇਹਦੇ ਵਿੱਚ 7 7 1177 ਆ ਆ ਪਿਆ ਜੀ ਆਪਸ਼ਨ ਨੰਬਰ ਅਨਸਰ। ਠੀਕ ਹੈ ਜੀ 1177। ਤੇ ਆ ਭਾਈ ਦੋ ਸਵਾਲ ਹੋ ਰਹੇ ਤੁਸੀਂ ਆਪ ਦੇ ਆਪ ਕੱਢਿਓ ਹੁਣ। ਠੀਕ ਹੈ ਬਹੁਤ ਮੱਥਾ ਮਰਵਾਤਾ ਮੇਰਾ ਹੁਣ ਤੁਸੀਂ ਆ 2 ਸਵਾਲ ਆਪ ਕੱਢਣੇ ਜੇ ਤੁਹਾਨੂੰ ਨਹੀਂ ਆਏ 2 ਸਵਾਲ ਫਿਰ ਮੈਂ ਕੱਢ ਦੂੰਗਾ ਠੀਕ ਹੈ ਤੇ ਆਨਸਰ ਤੁਹਾਨੂੰ ਮੈਂ ਇਹਨਾਂ ਦਾ ਦੱਸ ਦਾਂ ਕਿਤੇ ਕਿਰੇ ਕਿਹੜਾ ਕਿਹੜਾ ਹੋਊਗਾ ਜਿਹੜਾ ਨੰਜਵਾਂ ਸਵਾਲ ਆਗਾ ਆਪਣਾ 1752 ਵਾਲਾ ਠੀਕ ਹੈ ਇਹਦਾ ਆਨਸਰ ਆਊਗਾ 1435 ਆਨਸਰ ਆਊਗਾ ਦਾ ਦੇਖੋ ਤੁਸੀਂ ਕਿਵੇਂ ਲੈ ਕੇ ਆਉਣਾ ਤੁਹਾਡੀ ਮਰਜ਼ੀ ਹੈ ਠੀਕ ਹੈ ਜਿਹੜਾ 3/2 ਵਾਲਾ ਇਹਦਾ ਆਨਸਰ ਆਊਗਾ 134 ਠੀਕ ਹੈ ਆ ਸਵਾਲ ਤੁਸੀਂ ਆਪ ਕੱਢਣੇ ਤੁਹਾਡਾ ਹੋਮਵਰਕ ਹੈ ਠੀਕ ਹੈ ਜੀ ਤੇ ਇਹ ਸਵਾਲ ਕਰਕੇ ਆਇਓ ਤੇ ਅੱਜ ਆਪਣਾ ਇਹਦਾ ਲਾਸਟ ਲੈਕਚਰ ਸੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੱਲ ਨੂੰ ਆਪਾਂ ਕਰਾਂਗੇ ਐਨਲੋਗੀ ਜਿਹਦੇ ਵਿੱਚ ਏ ਬੀ ਸੀ ਬਾਰੇ ਗੱਲ ਕਰਾਂਗੇ ਏ ਬੀ ਸੀ ਦਾ ਕਵਰ ਰੈਂਕ ਆ ਦੂਸਰਾ ਕਵਰ ਰੈਂਕ ਇਹ ਸਵਾਲ ਘਟਣ ਵਾਸਤੇ ਤੁਸੀਂ ਮੈਨੂੰ ਜਿਵੇਂ ਪਹਿਲਾਂ ਦੱਸਿਆ ਸਕੁਅਰ ਯਾਦ ਕਰ ਲਓ ਸਕੁਅਰ ਕਿਹਨੂੰ ਕਹਿੰਦੇ ਹੁੰਦੇ ਆ ਇਹਨੂੰ 1 ਤੋਂ ਲੈ ਕੇ 20 ਤੱਕ ਤੁਹਾਡੇ ਸਕੁਅਰ ਯਾਦ ਹੋਣੇ ਚਾਹੀਦੇ ਆ ਤੇ 1 ਤੋਂ ਲੈ ਕੇ 10 ਤੱਕ ਕਯੂਬ ਯਾਦ ਹੋਣੇ ਚਾਹੀਦੇ ਆ ਕਯੂਬ ਕਿਹਨੂੰ ਕਹਿੰਦੇ ਹੁੰਦੇ ਆ ਜਿਵੇਂ ਦੇਖੋ ਜਿਵੇਂ 3 ਦਾ ਕਯੂਬ 4 ਦਾ ਕਯੂਬ 3 ਦਾ ਕਯੂਬ ਕਿੰਨਾ 3 3 3 ਉਹ ਤਾਂ ਨੂੰ ਤਿੰਨ ਤੰਨੇ ਬਾਰੀ ਗੁਣਾ ਕਰਨੀ 27 64 125 ਠੀਕ ਹੈ 6 ਦਾ 216 ਐਸ ਰੂਟ ਓਕੇ ਇਹ ਤੁਸੀਂ ਸਾਰੇ ਯਾਦ ਕਰ ਲਿਆ ਕਿਊਬ ਵੀ ਤੇ ਬਾਕੀ ਦੋਸਤੋ ਜਉਂਦੇਵਾਦ ਦੇ ਦੋ ਤੇ ਆ ਸਾਰਾ ਲੈਕਚਰ ਤੁਹਾਨੂੰ ਪੀਡੀਐਫ ਤੁਹਾਨੂੰ ਮਿਲ ਜੂਗਾ ਆਨਸਰ ਕੀ ਨਾਲ ਐਡ ਕਰਦਾ ਮੈਂ ਇਹਦੇ ਤੇ ਪੀਡੀਐਫ ਤੁਹਾਨੂੰ ਮੈਂ ਦੇ ਦੂੰਗਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਉਂਦੇਵਾਦ ਦੇ ਦੋ ਤੇ ਕੱਲ ਨੂੰ ਆਪਣੇ ਲੈਕਚਰ ਲੱਗਣਗੇ ਪਹਿਲਾਂ ਕੋ ਧੰਨਵਾਦ ਦੋਸਤੋ